ਸਸ਼ੀਕਾਲ ਜੀ ਸਵਾਗਤ ਕਰਦੇ ਆਂ ਜੀ ਸਾਡੇ ਦਾ ਪੀਪੀ ਗਿਆਨ ਚੈਨਲ 'ਚ ਸਵਾਜ ਰਿਹਾ ਆਂ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਸੋ ਜਿਹਦੇ ਚ ਅੱਜ ਆ ਗੱਲ ਕਰਾਂਗੇ ਜੀ ਜਲੰਧਰ ਆਰਮੀ ਭਰਤੀ ਬਾਰੇ ਤੇ ਲੁਧਿਆਣਾ ਆਰਮੀ ਭਰਤੀ ਬਾਰੇ ਸੋ ਜਿਵੇਂ ਕਿ ਜਲੰਧਰ ਆਰਮੀ ਭਰਤੀ ਬਾਰੇ ਕਿ ਕਾਫੀ ਵੀਰਾਂ ਦੇ ਕਮੈਂਟ ਆ ਰਹੇ ਆ ਕਿ ਵੀਰ ਜੀ ਜਲੰਧਰ ਭਰਤੀ ਕਦੋਂ ਆਵੇਗੀ ਤੇ ਇਹਦੀ ਆਨਲਾਈਨ ਰਜਿਸਟ੍ਰੇਸ਼ਨ ਕਦੋਂ ਹੋਵੇਗੀ ਤੇ ਨਾਲ ਹੀ ਜਿਹੜਾ ਕਿ ਲੁਧਿਆਣੇ ਵਾਲੇ ਵੀਰ ਵੀ ਕਹਿ ਰਹੇ ਕਿ ਭਰਤੀ ਜਿਹੜਾ ਕਿ ਫਿਰ ਪੋਸਟਪੋਨ ਹੋਵੇਗੀ ਜਾਂ ਨਹੀਂ ਹੋਵੇਗੀ ਇਦੇ ਬਾਰੇ ਗੱਲ ਕਰਾਂਗੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲੈ ਸ਼ੁਰੂਤੋਂ ਲੈ ਕੇ ਐਂਡ ਤੱਕ ਜੇਕਰ ਛੜ ਚੈਨਲ ਤੇ ਨਵੇਂ ਆਏ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਆ ਬੜਾ ਜ਼ਰੂਰ ਦਬਾਇਆ ਤਾਂ ਰਿਛੜੀਆਂ ਵਾਲੇ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਗੀ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੀ ਤੇ ਇੱਥੇ ਆਪਾਂ ਰੈਲੀ ਪ੍ਰੋਗਰਾਮ ਜਿਹੜਾ ਹੈ ਕਿ ਦੇਖਦੇ ਹਾਂ ਜੀ ਇੱਕ ਵਾਰ ਜਿਹੜਾ ਕਿ ਜਲੰਧਰ ਜਲੰਧਰ ਪ੍ਰਤੀ ਜਿਹੜੀ ਕਿ ਜਲੰਧਰ ਦੀ ਆ ਉਹਨਾਂ ਵੀਰਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੀ ਤੇ ਇੱਥੇ ਚਲੋ ਆਪਾਂ ਪਹਿਲਾਂ ਆਪਾਂ ਸਟੇਟ ਸਿਲੈਕਟ ਕਰਦੇ ਹਾਂ ਹਾਂ ਜ ਤਾਂ ਇੱਥੇ ਤੁਸੀਂ ਦੇਖ ਸਕਦੇ ਜੀ ਤਿੰਨ ਭਰਤੀਆਂ ਸ਼ੋ ਹੋਉਂਦੀਆਂ ਪੰਜਾਬ ਦੀਆਂ ਤੇ ਇਹਦੇ ਵਿੱਚ ਹੈਗੀ ਜੀ ਲੁਧਿਆਣਾ ਦੀ ਪਟਿਆਲਾ ਦੀ ਤੇ ਫਿਰੋਜ਼ਪੁਰ ਦੀ ਤੇ ਕੋਈ ਵੀ ਹੋਰ ਜਿਹੜਾ ਕਿ ਭਰਤੀ ਕੋਈ ਸ਼ੋ ਨਹੀਂ ਹੋ ਰਹੀ ਨਾ ਖਾਸੇ ਵਾਲਿਆਂ ਦੀ ਨਾ ਜਲੰਧਰ ਵਾਲਿਆਂ ਦੀ ਤੇ ਨਾ ਹੁਸ਼ਿਆਰਪੁਰ ਵਾਲਿਆਂ ਦੀ ਕੋਈ ਭਰਤੀ ਜਿਹੜਾ ਕਿ ਸ਼ੋ ਨਹੀਂ ਹੋ ਰਹੀ ਤਿੰਨ ਭਰਤੀਆਂ ਸ਼ੋ ਹੋ ਰਹੀਆਂ ਨੇ ਤੇ ਚਲੋ ਮੈਂ ਤੁਹਾਨੂੰ ਜੇਕਰ ਦੂਜੀ ਤਰ੍ਹਾਂ ਚ ਇਹਦਾ ਜਲੰਧਰ ਡਿਸਟ੍ਰਿਕਟ ਭਰ ਕੇ ਜਿਹੜਾ ਕਿ ਉਹ ਵੀ ਉਹਦਾ ਵੀ ਤੁਹਾਨੂੰ ਜਿਹੜਾ ਕਿ ਸਰਚ ਕਰਕੇ ਵਿਖਾ ਦੇਣਾ ਵਾ ਸੋ ਇੱਥੇ ਆਪਾਂ ਜਲੰਧਰ ਜਿਹੜਾ ਕਿ ਡਿਸਟ੍ਰਿਕਟ ਸਿਲੈਕਟ ਕਰਾਂਗੇ ਤੇ ਇਹਦੇ ਤੁਸੀਂ ਦੇਖ ਸਕਦੇ ਜੀ ਨੋ ਰਿਕਾਰਡ ਫਾਊਂਡ ਆ ਰਿਹਾ ਵਾ ਸੋ ਜਲੰਧਰ ਵਾਲਿਆਂ ਦਾ ਹਜੇ ਕੋਈ ਵੀ ਜਿਹੜਾ ਕਿ ਨੋਟੀਫਿਕੇਸ਼ਨ ਨਹੀਂ ਆਇਆ ਤੇ ਕੋਈ ਉਹਨਾਂ ਦਾ ਪ੍ਰਤੀਬਾਰੇ ਜਿਹੜਾ ਕਿ ਕੁਝ ਵੀ ਨਹੀਂ ਪਤਾ ਚੱਲ ਰਿਹਾ ਤੇ ਜਿਵੇਂ ਕੋਈ ਇਹਦਾ ਆਪਾਂ ਨੂੰ ਕੋਈ ਨੋਟੀਫਿਕੇਸ਼ਨ ਆਊਗਾ ਇਹਦੀ ਜੁਆਇਨਿੰਗ ਇਨ ਆਰਮੀ ਦੀ ਵੈਬਸਾਈਟ ਤੇ ਤੇ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਮੇਰੇ ਜਿਹੜੇ ਵੀ ਕਮੈਂਟ ਜਿਹੜਾ ਕਿ ਬਾਰ-ਬਾਰ ਕਰਦੇ ਤਾਂ ਕਰਕੇ ਆਪਾਂ ਜਿਹੜਾ ਮੈਚ ਸੋਚਿਆ ਚਲੋ ਵੀਡੀਓ ਬਣਾ ਕੇ ਦੱਸ ਦਿੰਨੇ ਆ ਤੇ ਜਿਲੰਦਰ ਭਰਤੀ ਦੇ ਜਿਹੜਾ ਕਿ ਬਹੁਤ ਜਿਹੜਾ ਕਿ ਵੀਰ ਪੁੱਛ ਰਹੇ ਸੀ ਕਿ ਆਨਲਾਈਨ ਜਿਹੜੀ ਕਿ ਰਜਿਸਟ੍ਰੇਸ਼ਨ ਕਦੋਂ ਹੋਵੇਗੀ ਸੋ ਵੀਰੋ ਜਿੰਨੇ ਚਿਰ ਤੱਕ ਅਜੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਉਂਦਾ ਉਹ ਤੱਕ ਆਪਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਦਾ ਤੇ ਜਦੋਂ ਇਹਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਏਗੀ ਤੁਹਾਨੂੰ ਜ਼ਰੂਰ ਦੱਸਾਂਗੇ ਵੀਡੀਓ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੇ ਲੁਧਿਆਣੇ ਵਾਲਿਆਂ ਦੀ ਤੇ ਇੱਥੇ ਤੁਸੀਂ ਦੇਖ ਸਕਦੇ ਜੇ ਪਹਿਲੇ ਨੰਬਰ ਤੇ ਲੁਧਿਆਣਾ ਦੀ ਭਰਤੀ ਸ਼ੋ ਹੋ ਰਹੀ ਆ ਤੇ ਇੱਥੇ ਤੁਸੀਂ ਜਿਹੜਾ ਕਿ ਇਹਦੀ ਰੈਲੀ ਸਟਾਰਟ ਡੇਟ ਦੇਖ ਸਕਦੇ ਤੇ ਰੈਲੀ ਡੇਟ ਦੇਖ ਸਕਦੇ ਜੀ ਸਟਾਰਟ ਤੇ ਰੈਲੀ ਦੀ ਐਂਡ ਡੇਟ ਹੈਗੀ ਜੀ 29 ਜਨਵਰੀ 2020 ਨੂੰ ਸੋ ਸੋ ਦੋਸਤੋ ਹਜੇ ਤੱਕ ਕੋਈ ਵੀ ਡੇਟ ਦੇ ਵਿੱਚ ਚੇਂजेस ਨਹੀਂ ਆਏ ਤੇ ਬਾਕੀ ਜੇ ਜਿਵੇਂ ਕਿ ਤੁਸੀਂ ਕਹਿੰਦੇ ਹੋ ਭਰਤੀ ਜਿਹੜਾ ਕਿ ਫਿਰ ਪੋਸਟਪੋਨ ਹੋਵੇਗੀ ਜਾਂ ਨਹੀਂ ਨਹੀਂ ਹੋਵੇਗੀ ਇਹ ਤਾਂ ਦੋਸਤੋ ਜਿਹੜਾ ਕਿ ਰੈਲੀ ਦੇ ਨਜ਼ਦੀਕ ਆਉਣ ਤੇ ਹੀ ਪਤਾ ਚੱਲੇਗਾ ਕਿ ਰੈਲੀ ਜਿਹੜੀ ਕਿ ਆਵੇਗੀ ਜਾਂ ਫਿਰ ਪੋਸਟਪੋਨ ਹੋਵੇਗੀ ਹਜੇ ਕੁਝ ਨਹੀਂ ਕਹਿ ਸਕਦੇ ਤੇ ਕਿਉਂਕਿ ਹਜੇ ਕੋਈ ਵੀ ਨਿਊ ਅਪਡੇਟ ਜਿਹੜੀ ਕਿ ਨਹੀਂ ਆਈ ਤੇ ਉਹੀ ਸੇਮ ਜਿਹੜਾ ਹੈ ਕਿ ਹਜੇ ਤੇ 2020 ਦੇ ਵਿੱਚ ਹੀ ਜਿਹੜਾ ਕਿ ਭਰਤੀ ਦਾ ਡੇਟ ਜਿਹੜੀ ਕਿ ਆਈ ਆ ਨਵੰਬਰ ਦੀ 20 ਤਰੀਕ ਨੂੰ ਰੈਲੀ ਸਟਾਰਟ ਹੋਵੇ ਤੇ ਬਾਕੀ ਜਿਵੇਂ ਆਪਾਂ ਨੂੰ ਲੁਧਿਆਣਾ ਪ੍ਰਤੀਬਾਰਿਆ ਦੀ ਕੁਝ ਪਤਾ ਲੱਗੂਗਾ ਤੁਹਾਨੂੰ ਜਰੂਰ ਦੱਸਾਂਗੇ ਤੇ ਬਾਕੀ ਜੇਕਰ ਤੁਸੀਂ ਹੋਰ ਵੀ ਕੋਈ ਜਿਹੜੀ ਕਿ ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਸਕਰੀਨ ਤੇ ਜਿਹੜਾ ਕਿ ਤੁਸੀਂ ਮੇਰੀ ਇੰਸਟਾ ਆਈਡੀ ਜਿਹੜੀ ਕਿ ਸ਼ੋ ਹੋ ਰਹੀ ਹੈ ਤੁਸੀਂ ਦੇਖ ਸਕਦੇ ਜੀ ਤੇ ਮੇਰੀ ਇੰਸਟਾਗ੍ਰam ਆਈਡੀ ਦਾ ਜਿਹੜਾ ਇੱਕ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਵੀ ਮਿਲ ਜੂਗਾ ਤੇ ਹੋਰ ਜੇਕਰ ਤੁਸੀਂ ਕੋਈ ਗੱਲਬਾਤ ਪੁੱਛਣੀ ਹੋਵੇ ਤੇ ਤੁਸੀਂ ਇੰਸਟਾ ਤੇ ਮੈਨੂੰ ਮੈਸੇਜ ਕਰ ਸਕਦੇ ਜੀ ਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਅਰੇ ਕੇ ਰਿਪਲਾਈ ਜਿਹੜਾ ਕਿ ਦੇ ਸਕਾਂ ਤੇ ਸੋ ਦੋਸਤੋ ਵੀਡੀਓ ਚੰਗੀ ਲੱਗੀ ਵੇ ਵੀਡੀਓ ਜਾਣਕਾਰੀ ਮਿਲੂਗੀ ਮੈਂ ਆਪਣੇ ਆਪ ਜਿਹੜਾ ਕਿ ਤੁਹਾਨੂੰ ਵੀਡੀਓ ਬਣਾ ਕੇ ਜਿਹੜਾ ਕਿ ਸ਼ੇਅਰ ਕਰ ਦੂੰਗਾ ਤੇ ਸੋ ਜਿਹੜਾ ਕਿ ਵੀਰਾਂ ਨੇ ਜਿਹੜਾ ਕਿ ਜ਼ਿਆਦਾ ਕਮੈਂਟ ਆਨ ਕਰਕੇ ਮੈਂ ਵੀਡੀਓ ਬਣਾ ਕੇ ਜਿਹੜਾ ਦੱਸ ਰਿਹਾ ਵਾਂ ਤੇ ਕੁਝ ਕੁ ਵੀ ਜਿਹੜਾ ਕਹਿੰਦੇ ਕਿ ਬਾਰ-ਬਾਰ ਤੁਸੀਂ ਵੀਡੀਓ ਵਿੱਚ ਇਹੋ ਦੱਸੀ ਜਾਂਦੇ ਜੀ ਤੇ ਵੀਰੋ ਯਾਰ ਉਹ ਜਿਹੜਾ ਹੈ ਤੁਹਾਡੇ ਵਰਗੇ ਵੀਰ ਜਿਹੜਾ ਕਿ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਫਿਰ ਬਾਰ-ਬਾਰ ਕਮੈਂਟ ਕਰਦੇ ਤਾਂ ਕਰਕੇ ਦੱਸਣਾ ਪੈਂਦਾ ਵਾ ਤੇ ਸਾਡਾ ਕੰਮ ਹੀ ਜਾਣਕਾਰੀ ਵਾਲੀਆਂ ਵੀਡੀਓ ਬਣਾ ਕੇ ਜਿਹੜਾ ਕਿ ਅਪਲੋਡ ਕਰਦੇ ਰਹਿੰਨੇ ਆ ਤੇ ਬਾਕੀ ਜਿਹੜਾ ਕਿ ਵੀਰ ਇੰਟਰਸਟਿਡ ਨੇ ਦੇਖ ਲਿਆ ਕਰੋ ਯਾਰ ਵੀਡੀਓ ਤੇ ਬਾਕੀ ਵੀਡੀਓ ਨੂੰ ਲਾਈਕ ਤੇ